ਮਾਲਵਾ ਅੰਦਰ ਜਿੱਥੇ ਬਾਗਵਾਨੀ ਵਿਭਾਗ ਵੱਲੋਂ ਲੋਕਾਂ ਨੂੰ ਬਾਗ ਲਗਾਉਣ ਲਈ ਉਤਸ਼ਾਹਤ ਕਰਨ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਜੇਕਰ ਗੱਲ ਕੀਤੀ ਜਾਵੇ ਤਲਵੰਡੀ ਸਾਬੋ ਦੀ ਤਾਂ ਬਾਗਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ ਤਲਵੰਡੀ ਸਾਬੋ ਚ ਬੇਰਾਂ ਦੇ 10 ਬਾਗ ਸਨ ਪਰ ਹੁਣ ਸਿਰਫ ਇੱਕ ਹੀ ਰਹਿ ਗਿਆ ਹੈ ਬੇਰ ਦੇ ਠੇਕੇਦਾਰ ਮਾਰਕੀਟਿੰਗ ਨਾ ਮਿਲਣ ਕਰਕੇ ਤੇ ਵਿਭਾਗ ਵੱਲੋਂ ਸਹਿਯੋਗ ਨਾ ਮਿਲਣ ਕਾਰਨ ਪਰੇਸ਼ਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਮਾਰਕੀਟਿੰਗ ਦੀ ਸਭ ਤੋਂ ਵੱਡੀ ਮੁਸ਼ਕਲ ਆਉਂਦੀ ਹੈ ਕਿਉਂਕਿ ਉਹਨਾਂ ਨੂੰ ਬੇਰ ਵੇਚਣ ਲਈ ਦੂਰ ਜਾਣਾ ਪੈਂਦਾ ਤੇ ਬਾਗਵਾਨੀ ਵਿਭਾਗ ਦੇ ਅਧਿਕਾਰੀ ਉਹਨਾਂ ਦੇ ਬਾਗ ਵਿੱਚ ਗੇੜਾ ਤੱਕ ਨਹੀਂ ਮਾਰਦੇ ਸਲਾਹ ਦੇਣਾ ਤਾਂ ਦੂਰ ਦੀ ਗੱਲ ਹੈ ਬਾਗ ਲੈਂਦਿਆਂ ਨੂੰ ਵੀ 25 ਸਾਲ ਹੋ ਗਏ ਜੀ ਮੇਰੇ ਕੋਲ ਠੇਕੇ ਦੀ 2 ਲੱਖ ਦਾ ਜੀ ਤੇ ਲੱਖ ਲੱਖ ਡੂਡ ਲੱਖ ਲੀਵਰ ਪੈ ਜਾਂਦੀ ਹੈ ਜੀ ਖਰਚਾ ਬਹੁਤ ਹੋ ਜਾਂਦਾ ਜੀ ਜੇ ਬਾਹਰ ਭੇਜਦੇ ਆਂ ਜੀ ਲੀਵਰ ਜਾ ਖਰਚਾ ਪੈਂਦਾ ਗੱਡੀਆਂ ਦਾ ਜੀ ਬਾਲਾ ਜੇ ਇੱਥੇ ਮਾਰਕੀਟ ਬਣ ਜੇ ਸਾਨੂੰ ਫਾਇਦਾ ਹੋ ਜੇ ਜੀ ਹੁਣ ਬਾਹਰ ਭੇਜਦੇ ਆਂ ਤਾਂ ਖਰਚਾ ਵੱਧ ਪੈਂਦਾ ਜੀ ਸਾਨੂੰ ਕੋਈ ਜਿਆਦਾ ਬਸਤ ਹੈ ਨਹੀਂ ਟਾਈਮ ਪਾਸ ਹੀ ਮਸਾ ਹੁੰਦਾ ਈ ਸਾਡਾ ਮੰਗ ਜੀ ਇਹੀ ਕਰਦੇ ਆਂ ਮਾਰਕੀਟ ਇੱਥੇ ਤਲਵੰਡੀ ਸਾਬੋ ਜਾਨ ਕੋਈ ਨੇੜੇ ਹੋ ਜੇ ਸਾਨੂੰ ਖਰਚਾ ਪੈਣੋਂ ਘਟ ਜੇ ਜੀ ਤਕਰੀਬਨ 40 50 ਸਾਲ ਹੋ ਗਏ ਬਾਲੋ ਕਰਦੇ ਆਉਂਦੇ ਨੇ ਦੇਖਦੇ ਪਿਆ ਜੀ ਹੁਣ ਸਾਡੇ ਚਾਚਾ ਜੀ ਮੇਰੇ ਪਾਪਾ ਜੀ ਉਹ ਕਰਦੇ ਪੇ 20 ਸਾਲ ਤਕਰੀਬਨ ਉਹਨਾਂ ਨੇ ਹੋ ਗਏ ਤੇ 10 15 ਸਾਲ ਮੈਨੂੰ ਹੋ ਗ ਪਰ ਹਜੇ ਤੱਕ ਹੀ ਸਾਨੂੰ ਆ ਕੇ ਜਿਹੜੇ ਜਿਹੜੇ ਬਿਮਾਰੀ ਵਗੈਰਾ ਪੈਂਦੀ ਹੈ ਆਪਣੇ ਬੇਰਾਜੇ ਵਾਣ ਆਪਣੀ ਜਿਹੜੇ ਭਗਵਾਨ ਭਗਵਾਨ ਨੇ ਅਲੇ ਗਈ ਪਰ ਸਾਨੂੰ ਆ ਕੇ ਹਜੇ ਤੱਕ ਦੱਸਿਆ ਨਹੀਂ ਜੀ ਸਾਨੂੰ ਉਹਨਾਂ ਨੇ ਵੀ ਤੁਸੀਂ ਆ ਰੇ ਸਪਰੇਅ ਕਰੋ ਬੇਜਾ ਤੁਹਾਨੂੰ ਮੁਨਾਫਾ ਹੋਊਗਾ ਜਾਂ ਫਲ ਵਾਧ ਲੱਗੂਗਾ ਇਹਨੂੰ ਜਾਂ ਸਾਨੂੰ ਬਿਮਾਰੀ ਤੋਂ ਬਚਤ ਹੋਊਗੀ ਸਾਨੂੰ ਹਜੇ ਤੱਕ ਆ ਕੇ ਦੱਸਿਆ ਨਹੀਂ ਜੀ ਹਜੇ ਤੱਕ ਸਾਨੂੰ ਕਿਸੇ ਨੇ ਕੋਈ ਆ ਕੇ ਦੱਸਿਆ ਨਹੀਂ ਜੀ ਬੇ ਇਹਨੂੰ ਕਿਸ ਤਰ੍ਹਾਂ ਤੁਸੀਂ ਸੰਭਾਲ ਕਰੋ ਵੀ ਤੁਹਾਡਾ ਫਲ ਵਾਧ ਲੱਗੇ ਕਿਸੇ ਪ੍ਰਕਾਰ ਦੀ ਆ ਕੇ ਸਾਨੂੰ ਕੋਈ ਵੀ ਕਿਸੇ ਨੇ ਪਿਵਾਗ ਨੇ ਦੱਸਿਆ ਨਹੀਂ ਇਹ ਖੇਤੀ ਵਾਲੇ ਪਿਵਾਗ ਨੇ